ਸਾ ਸੇਕਲ ਦਾ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜੱਜ ਸਿੰਘ ਚਾਹਲ ਸਵਾਗਤ ਕਰਦਾ ਸ਼ਾਹਕੋੜ ਉਪਚੋਣ ਲਈ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਢੀ ਤੇ ਪਰਚਾ ਦਰਜ ਕਰਕੇ ਚਰਚਾ ਵਿੱਚ ਆਏ ਐਸ ਐਚਓ ਪਰਮੇਂਦਰ ਸਿੰਘ ਬਾਜਵਾ ਨੂੰ ਹੁਣ ਵਿਕਰਮ ਸਿੰਘ ਮਜੀਠੀਆ ਨੇ ਥਾਪੜਾ ਦਿੱਤਾ ਉਹਨਾਂ ਨੇ ਇੱਕ ਸੁਨੇਹਾ ਐਸ ਐਚਓ ਬਾਜਵਾ ਨੂੰ ਦਿੱਤਾ ਕਿ ਇਹ ਸੁਨੇਹਾ ਤੁਹਾਨੂੰ ਪਹਿਲਾਂ ਉਹ ਸੁਣਾ ਦਿੰਨੇ ਪਰਮੇਂਦਰ ਸਿੰਘ ਬਾਜਵੇ ਨੂੰ ਮੱchnਿਆ ਦੇਣਾ ਚਾਹੁੰਦਾ ਕਿ ਭਾਉ ਕਵਰੌਣ ਦੀ ਲੋੜ ਨਹੀਂ ਤੈਨੂੰ ਜੇ ਤੂੰ ਆਪਦੀ ਜ਼ਮੀਰ ਦੀ ਆਵਾਜ਼ ਸੁਣਦਿਆ ਜੋ ਸਹੀ ਬਣਦਾ ਸੀ ਪਰਚਾ ਦੇ ਦਿੱਤਾ ਹੁਣ ਘਬਰਾਣਾ ਭਾਵੇਂ ਤੈਨੂੰ ਐਸਐਸਪੀ ਦਬਾਵੇ ਆਈਜੀ ਦਬਾਵੇ ਤੈਨੂੰ ਇਸ ਗੱਲ ਦਾ ਫਿਕਰ ਕਰਨ ਦੀ ਲੋੜ ਨਹੀਂ ਮੈਨੂੰ ਪਤਾ ਉਸ ਗੱਲ ਨੂੰ ਫਿਕਰ ਉਸ ਵੀਰ ਨੂੰ ਇਸ ਗੱਲ ਦਾ ਪੈ ਗਿਆ ਕਿ 30 ਤਰੀਕ ਨੂੰ ਜਦੋਂ ਇਲੈਕਸ਼ਨ ਦਾ ਰਿਜ਼ਲਟ ਆ ਜਾਣਾ ਮੈਨੂੰ ਇਹਨਾਂ ਨੇ ਨੌਕਰੀ ਤੋਂ ਬਰਖਾਸਤ ਕਰ ਦੇਣਾ ਜਿੱਥੇ ਮੈਂ ਇਲੈਕਸ਼ਨ ਕਮਿਸ਼ਨ ਨੂੰ ਅਪੀਲ ਕਰਦਾ ਕਿ ਸਾਫ਼ ਦੀ ਗੱਲ ਸੁਣੋ ਛੋਟੇ ਲਵਾਏ ਅਫਸਰ ਜੀ ਉਹਦੀ ਗੱਲ ਸੁਣੋ ਤੇ ਅੱਜ ਮੈਂ ਸਟੇਜ ਤੋਂ ਵੀ ਇਹ ਵਿਸ਼ਵਾਸ ਦਿਵਾਉਣਾ ਹੈ ਕਿ ਕਿਸੇ ਨਾਲ ਵੀ ਕਿਸੇ ਅਫਸਰ ਨਾਲ ਕਿਸੇ ਸਧਾਰਨ ਬੰਦੇ ਨਾਲ ਜੇ ਮੌਜੂਦਾ ਕਾਂਗਰਸ ਦੀ ਸਰਕਾਰ ਕੋਈ ਤੱਕਾ ਕਰੂਗੀ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਤੇ ਤੁਹਾਨੂੰ ਇਨਸਾਫ ਦਿਵਾ ਕੇ ਹਟਾਂਗੇ ਇਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੇ ਚੋਣ ਕਮਿਸ਼ਨ ਤੋਂ ਹਰਦੇਵ ਸਿੰਘ ਲਾਢੀ ਨੂੰ ਗ੍ਰਿਫਤਾਰ ਕਰਨ ਦੀ ਮੰਗ ਵੀ ਕਰ ਦਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਆਮ ਆਦਮੀ ਤੇ ਅਜਿਹਾ ਪਰਚਾ ਹੋਇਆ ਹੁੰਦਾ ਤਾਂ ਹੁਣ ਤੱਕ ਉਸ ਦੀ ਗ੍ਰਿਫਤਾਰੀ ਹੋ ਜਾਂਦੀ ਪਰ ਫਿਰ ਕਾਂਗਰਸੀ ਉਮੀਦਵਾਰ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਾ ਰਿਹਾ ਮੈਂ ਜਿਹ ਇਲੈਕਸ਼ਨ ਕਮਿਸ਼ਨ ਨੂੰ ਪੁੱਛਦਾ ਕਿ ਜਿਹਦੇ ਤੇ ਨਾਨ ਅਵੇਲੇਬਲ ਪਰਚਾ ਦਰਜ ਹੋਵੇ ਜੇ ਕਿਸੇ ਹੋਰ ਸਧਾਰਨ ਵਿਅਕਤੀ ਤੇ ਜਾਂ ਕੋਈ ਸ਼ਰੋਮਣੀ ਅਕਾਲੀ ਦਲ ਜਬ ਬ੍ਰੋਤੀ ਪਾਰਟੀ ਦਾ ਕੋਈ ਲੀਡਰ ਹੁੰਦਾ ਤੇ ਨੌਨ ਅਵੇਲੇਬਲ ਪਰਚਾ ਦਰਜ ਹੁੰਦਾ ਪੁਲਿਸ ਨੇ ਹੁਣੇ ਫੜ ਕੇ ਅੰਦਰ ਦੇ ਦੇਣਾ ਸੀ ਕੀ ਕਾਂਗਰਸ ਪਾਰਟੀ ਨਾਲ ਉਹਦਾ ਸੰਬੰਧ ਹੈ ਤੇ ਕਾਂਗਰਸ ਪਾਰਟੀ ਦਾ ਉਹ ਕੈਂਡੀਡੇਟ ਹੈ ਤੇ ਉਹਦੇ ਲਈ ਕਾਨੂੰਨ ਵੱਖਰਾ ਹੋ ਗਿਆ ਇਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਦੀ ਸਪੀਚ ਵਿੱਚ ਇੱਕ ਖਾਸ ਤੌਰ ਤੇ ਦੇਖਣ ਨੂੰ ਮਿਲਿਆ ਕਿ ਉਹ ਐਸਐਚਓ ਬਾਜਵਾ ਦੇ ਪੱਖ ਵਿੱਚ ਖੜੇ ਦਿਖਾਈ ਦਿੱਤੇ ਅਤੇ ਹਰਦੇਵ ਸਿੰਘ ਲਾਡੀ ਦਾ ਉਹਨਾਂ ਨੇ ਖੂਬ ਮਜ਼ਾਕ ਵੀ ਉਡਾਇਆ ਜਿਹੜਾ ਕਾਂਗਰਸ ਦਾ ਕੈਂਡੀਡੇਟ ਆ ਉਹ ਤਾਂ ਘਰ ਤੋਂ ਨਹੀਂ ਨਿਕਲ ਰਿਹਾ ਬਾਹਰ ਡਰਦਾ ਮਾਰਾ ਉਹਨੂੰ ਫਿਕਰ ਇਹ ਪਿਆ ਕਹਿੰਦਾ ਪਹਿਲਾਂ ਬਾਹਰ ਮੁੰਡਾ ਕਲਾਉਂਦਾ ਕਹਿੰਦਾ ਵੇਖੀ ਕਿਤੇ ਪਰਮਿੰਦਰ ਬਾਜਵਾ ਤਾਂ ਨਹੀਂ ਫਿਰਦਾ ਬਾਹਰ ਪਹਿਲਾਂ ਤਾਂ ਪਤਾ ਲੈਂਦਾ ਫਿਰ ਕਹਿੰਦਾ ਕਿ ਗੱਡੀ ਨਿਕਲਦੀ ਹੈ ਜਿਹੜੀ ਖੱਬੇ ਪਾਸੇ ਸੜਕ ਵੇਖ ਕੇ ਆਉਂਦੀ ਹੈ ਕਿ ਪ੍ਰਮੇਂਦਰ ਸੋਂ ਬਾਜਵਾ ਤਾਂ ਨਹੀਂ ਫਿਰਦਾ ਤੇ ਫਿਰ ਸੱਜੇ ਪਾਸੇ ਵੇਖ ਕੇ ਆਉਂਦੀ ਹੈ ਭਾਵੇਂ ਕਿ ਕਾਂਗਰਸ ਪਾਰਟੀ ਵੱਲੋਂ ਆਪਣੇ ਉਮੀਦਵਾਰ ਤੇ ਹੋਏ ਪਰਚੇ ਨੂੰ ਸਿਆਸੀ ਸ਼ਹਿ ਤੇ ਹੋਇਆ ਪਰਚਾ ਦੱਸਿਆ ਜਾ ਰਿਹਾ ਹੈ ਪਰ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਇਸ ਮੁੱਦੇ ਨੂੰ ਪਨਾਉਣ ਤੇ ਲੱਗੇ ਹੋਏ ਨੇ ਕਿ ਜਿਸ ਉਮੀਦਵਾਰ ਦਾ ਨਾਂ ਮਾਈਨਿੰਗ ਮਾਫੀਆ ਦੇ ਨਾਲ ਜੁੜਿਆ ਹੋਇਆ ਹੈ ਉਸੇ ਉਮੀਦਵਾਰ ਨੂੰ ਕਾਂਗਰਸ ਪਾਰਟੀ ਨੇ ਕਟ ਕਿਉਂ ਦਿੱਤੇ ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਜਿੱਥੇ ਹਮਲਾਵਰ ਰੁੱਖ ਦੇ ਵਿੱਚ ਦਿਖਾਈ ਦੇ ਰਹੇ ਉਧਰ ਕਾਂਗਰਸ ਪਾਰਟੀ ਇਸ ਮਸਲੇ ਤੇ ਬੈਕਫੁੱਟ ਦੇ ਦਿਖਾਈ ਦੇ ਰਹੀ ਹੈ ਅਤੇ ਲਗਾਤਾਰ ਕਾਂਗਰਸ ਪਾਰਟੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਸਹੀ ਉਮੀਦਵਾਰ ਮੈਦਾਨ ਦੇ ਵਿੱਚ ਉਤਾਰਿਆ ਅਤੇ ਸ਼ਾਹਕੋਟ ਦੇ ਲੋਕ ਇਹ ਦੱਸਣਗੇ ਕਿ ਸਾਡਾ ਉਮੀਦਵਾਰ ਸਹੀ ਹੈ ਜਾਂ ਫਿਰ ਨਹੀਂ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਸੁਖਪਾਲ ਸਿੰਘ ਖੈਰਾ ਵੀ ਐਸਐਚਓ ਬਾਰਵਾ ਦੇ ਪੱਖ ਵਿੱਚ ਖੜੇ ਨਜ਼ਰ ਆ ਰਹੇ ਸਨ ਪਰ ਹੁਣ ਜਿਸ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਵੀ ਐਸਐਚਓ ਪਰਮੰਦਰ ਸਿੰਘ ਬਾਜਵਾ ਦੇ ਹੱਕ ਵਿੱਚ ਖੜੇ ਹੋ ਗਏ ਨੇ ਉਸ ਤੋਂ ਬਾਅਦ ਵਿਰੋਧੀ ਪਾਰਟੀਆਂ ਬਿਲਕੁਲ ਸੱਚੋ ਬਾੜੀਵਾਦੇ ਨਾਲ ਖੜਕੇ ਕਾਂਗਰਸ ਪਾਰਟੀ ਨੂੰ ਘੇਰਨ ਤੇ ਲੱਗੇ ਹੋਏ ਨੇ ਉਧਰ ਜੇਕਰ ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਦੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਤਰ੍ਹਾਂ ਦੇ ਨਾਲ ਐਸਐਚਓ ਨੂੰ ਧਮਕੀਆਂ ਵੀ ਦੇ ਦਿੱਤੀਆਂ ਸਨ ਪਰ ਜਿਸ ਦਾ ਅਸਰ ਐਸਐਚਓ ਬਾੜੀਵਾਦੇ ਹੁੰਦਾ ਦਿਖਾਈ ਨਹੀਂ ਦੇ ਰਿਹਾ ਐਸਐਚਓ ਨੇ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਇੱਕ ਗੱਲ ਦਾ ਜਵਾਬ ਦਿੱਤਾ ਅਤੇ ਨਾਲ ਹੀ ਕਹਿ ਦਿੱਤਾ ਕਿ ਮੈਂ ਕਿਸੇ ਤੋਂ ਵੀ ਡਰਨ ਵਾਲਾ ਨਹੀਂ ਹਾਂ ਮੈਂ ਜੋ ਵੀ ਕੀਤਾ ਹੈ ਉਹ ਸਹੀ ਕੀਤਾ ਇਸ ਤੋਂ ਬਾਅਦ ਐਸਐਚਓ ਬਾਜਵਾ ਨੇ ਕਈ ਤਰ੍ਹਾਂ ਦੇ ਖੁਲਾਸੇ ਇਸ ਕੈਪਟਨ ਸਰਕਾਰ ਦੇ ਖਿਲਾਫ ਵੀ ਕੀਤੇ ਸਨ ਜਿਨ੍ਹਾਂ ਵਿੱਚੋਂ ਖਾਸ ਤੌਰ ਤੇ ਜੇਕਰ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ ਤਾਂ ਉਸ ਵਿੱਚ ਏਸੀਕੇ ਗੈਂਗਸਟਰਾਂ ਦੇ ਖਿਲਾਫ ਐਸਐਚਓ ਬਾਜਵਾ ਦਾ ਕਹਿਣਾ ਹੈ ਕਿ ਮੈਂ ਬਹੁਤ ਸਾਰੀ ਜਾਣਕਾਰੀ ਆਪਣੇ ਸੀਨੀਅਰ ਪੁਲਿਸ ਆਫੀਸਰ ਨੂੰ ਦਿੱਤੀਆਂ ਪਰ ਉਹ ਇਸ ਤੇ ਕੋਈ ਵੀ ਕਾਰਵਾਈ ਕਰਨ ਨੂੰ ਤਿਆਰ ਨਹੀਂ ਅਜੇ ਹੋਰ ਕਈ ਤਰ੍ਹਾਂ ਦੇ ਖੁਲਾਸੇ ਵੀ ਐਸਐਚਓ ਬਾਜਵਾ ਨੇ ਕੀਤੇ ਨੇ ਜਿਸ ਤੋਂ ਬਾਅਦ ਇਹ ਸਾਫ ਤੌਰ ਤੇ ਦੇਖਣ ਨੂੰ ਮਿਲ ਰਿ ਕੇ ਬਾਜਵਾ ਐਸਐਚਓ ਬਾਜਵਾ ਆਪਣੇ ਸਟੈਂਡ ਤੋਂ ਪਿੱਛੇ ਹਟਦੇ ਦਿਖਾਈ ਨਹੀਂ ਦੇ ਰਿਹਾ ਜੋ ਕਿ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾੜੀ ਲਈ ਮੁਸ਼ਕਲ ਦਾ ਸਬਬ ਬਣ ਸਕਦੇ ਨੇ ਹੁਣ ਅਸੀਂ ਤੁਹਾਡੇ ਤੋਂ ਪੰਜਾਬ ਦੇ ਲੋਕਾਂ ਤੋਂ ਪੁੱਛਣਾ ਚਾਹੁੰਦੇ ਆ ਕਿ ਕੀ ਵਿਕਰਮ ਸਿੰਘ ਮਜੀਠੀਆ ਦਾ ਐਸਐਚਓ ਬਾਜਵਾ ਦੇ ਪੱਖ ਵਿੱਚ ਖੜੇ ਹੋਣਾ ਤੁਹਾਨੂੰ ਸਹੀ ਲੱਗਦਾ ਇਸ ਬਾਰੇ ਤੁਹਾਡੀ ਕਿਹੜਾ ਇਸ ਵੀਡੀਓ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਜੇਕਰ ਤੁਹਾਨੂੰ ਪੰਜਾਬ ਟੀਵੀ ਨਿਊਜ਼ ਚੈਨਲ ਪਸੰਦ ਆਉਂਦਾ ਹੈ ਤਾਂ ਇਸ ਨੂੰ YouTube ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਹੋਰ ਵਿਕਰਮ ਸਿੰਘ ਮਜੀਠੀਆ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੇ ਕੀ ਕੀ ਹਮਲੇ ਸਾਦੇ ਨੇ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਵੀਡੀਓ ਤੁਸੀਂ ਵੇਖੀ ਹੋਣੀ ਵੀਡੀਓ ਚ ਕੀ ਸਾਹਮਣੇ ਆਉਂਦਾ ਉਹ ਵਿਚਾਰੇ ਗਏ ਸਨ ਮੈਨੂੰ ਲੱਗਦਾ ਜਿਹੜਾ ਦਿਹਾੜੀ ਦਾ ਕੰਮ ਕਰਦੇ ਵਿਚਾਰੇ ਉਹ ਜਿਨੇ ਰੋਜ਼ ਦੀ ਉਹ ਰੇਤੇ ਦਾ ਢੋਣ ਦਾ ਕੰਮ ਉਹਨਾਂ ਦਾ ਦਿਹਾੜੀ ਦਾ ਕੰਮ ਹੁੰਦਾ ਕਿ ਸਾਡਾ ਹੱਕ ਉਹ ਕਹਿੰਦੇ ਸੀ ਕਿ ਜਿਹੜਾ ਸਾਡਾ ਬਣਦਾ ਉਹ ਕੰਮ ਕਰਾ ਲਈ ਇਹ ਕਹਿੰਦਾ ਨਹੀਂ ਕਰਾਉ ਤਾਂ ਮਗਰੋਂ ਪਹਿਲਾਂ ਇੱਕ ਟਰੱਕ ਮੇਰਾ ਇੱਧਰ ਦੀ ਕੱਢਣਾ ਪਊ ਉਹ ਕਹਿੰਦੇ ਬਾਬਾ ਤੇਰਾ ਟਰੱਕ ਕੱਢ ਦਿਆਂਗੇ ਫਿਰ ਉਹਨੂੰ ਹੋਰ ਕੋਈ ਸੌਦੇਬਾਜ਼ੀ ਪੂਰੀ ਚੱਲੀ ਤੇ ਜਦੋਂ ਸੌਦੇਬਾਜ਼ੀ ਨਿਬੜ ਗਈ ਉਹਨਾਂ ਦਾ ਮਸਲਾ ਤਾਂ ਵੀ ਨਹੀਂ ਹੱਲ ਹੋਇਆ ਫੇਰ ਉਹਨਾਂ ਨੇ ਕਿਥੇ ਵੀਡੀਓ ਜਨਤ ਕਰਤੀ ਤੇ ਕਿਥੇ ਇਹ ਨਾ ਸਮਝ ਲਿਓ ਉਹ ਬੰਦੇ ਵੀ ਇਹਨਾਂ ਦੀ ਪਾਰਟੀ ਨਾਲ ਹੀ ਦੂਰੋਂ ਨੇੜੇ ਸੰਬੰਧ ਰੱਖਦੇ ਆ ਮਗਰ ਦੁਖੀ ਹੋ ਗਏ ਤੇ ਹਲਕੇ ਆਲਿਓ ਇਹ ਸਾਡਾ ਰੌਲਾ ਨਹੀਂ ਕਿਥੇ ਆਪ ਦਾ ਨਾ ਪਵਾ ਲਓ ਜਿਹੜਾ ਪਹਿਲਾਂ ਹੀ ਹਿੱਸੇ ਮੰਗੀ ਜਾਂਦਾ ਮਗਰੋਂ ਫਿਰ ਤੁਹਾਡੇ ਕੋਲ ਵੀ ਜਦ ਆਊਗਾ ਤੇ ਕਹਿੰਦਾ ਮੇਰਾ ਹੱਕ ਇੱਥੇ ਰੱਖ ਤੇ ਫੇਰ ਗੱਲ ਕਰੂ ਸਰਪੰਚਾਂ ਨਾਲ ਵੀ ਕਹੂ ਕੀ ਚੰਗਾ 10 ਲੱਖ ਦੀ ਗ੍ਰਾਂਟ ਤਾਂ ਦੇਣ ਲੱਗਿਆ ਮਗਰ ਲੱਖ ਰੁਪਈਆ ਪਹਿਲਾਂ ਲਾਡੀ ਸ਼ੇਰੋ ਵਾਲੀ ਦਾ ਤਾਂ ਰੱਖ ਜੇ ਕਿਸੇ ਦੀ ਪੈਨਸ਼ਨ ਦੀ ਗੱਲ ਆਉਊ ਸ਼ਗਨ ਦੀ ਗੱਲ ਆਉ ਮੇਰੇ ਵੀਰੋ ਵਾਰੇ ਸ਼ਾਨਾਤ ਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਨੂੰ ਜਿਹੜੇ ਹਲੇ ਰੇਤੇ ਤੋਂ ਨਾ ਬਣੇ ਤੇ ਹਿੱਸਾ ਮੰਗੀ ਜਾਂਦਾ ਬਣੇ ਤਾਂ ਤਾਂ ਵੇਖ ਲੋ ਕੀ ਹਿਸਾਬ ਹੋ ਜਾਣਾ ਕਈ ਕਾਂਗਰਸੀਆਂ ਨੂੰ ਮੈਂ ਅੱਜ ਕਾਂਗਰਸ ਪਾਰਟੀ ਨੂੰ ਪੁੱਛਣਾ ਚਾਹੁੰਨਾ ਥੋੜਾ ਰਾਹੁਲ ਗਾਂਧੀ ਕਰਨਾਟਕਾ ਚ ਜਾ ਕੇ ਤਾਂ ਵੱਡਾ-ਵੱਡਾ ਪਾਸ਼ਣ ਦਿੰਦਾ ਕਿ ਮਾਈਨਿੰਗ ਮਾਫੀਆ ਰੇਟ ਮਾਫੀਆ ਇਹਨਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਨਾ ਚਾਹੀਦਾ ਤੇ ਅੱਜ ਮੈਂ ਪੁੱਛਣਾ ਚਾਹੁੰਦਾ ਆ ਜਿਹਦੀ ਵੀਡੀਓ ਸਾਹਮਣੇ ਆ ਗਈ ਤੇ ਉਹਦੀ ਵੀਡੀਓ ਵੀ ਸਾਹਮਣੇ ਆਈ ਤੇ ਕਾਂਗਰਸ ਦੇ ਦੋਹਰੇ ਮਾਪਦੰਡ ਕੀ ਮਜਬੂਰੀ ਹੋ ਗਈ ਸੀ ਅੰਦਰਲੀ ਕਹਾਣੀ ਲੋਕ ਕਹਿੰਦੇ ਐ ਕਿ ਰੌਲਾ ਅੰਦਰਲਾ ਪਾਰਟੀ ਦਾ ਪੈ ਗਿਆ ਸੀ ਕਿਉਂਕਿ ਰਾਣੇ ਗੁਰਜੀਤ ਅਰਗੇ ਢੜੇ ਨੇ ਜਿਸ ਢੜੇ ਨਾਲ ਇਹਦਾ ਸੰਬੰਧ ਹੈ ਉਹ ਕਹਿੰਦੇ ਜੇ ਟਿਕਟਾ ਨਾ ਨ ਦਿੱਤੀ ਤੇ ਅਸੀਂ ਵਿਰੋਧ ਕਰਾਂਗੇ ਤੇ ਇੰਨੀ ਛੇਤੀ ਰਾਹੁਲ ਗਾਂਧੀ ਆਪ ਦਾ ਪੈਤਣਾ ਬਦਲ ਗਿਆ ਮਗਰ ਚਲੋ ਰਾਹੁਲ ਗਾਂਧੀ ਬਦਲ ਗਿਆ ਮਗਰ ਮੈਂ ਇਹਨਾਂ ਵਰਦੀ ਵਾਲਿਆਂ ਨੂੰ ਵੀ ਸਲਾਮ ਕਰਦਾ ਵੈਸੇ ਤੁਹਾਡਾ ਫਰਜ਼ ਬਣਦਾ ਕਿ ਆਪ ਦੀ ਜ਼ਮੀਰ ਦੀ ਆਵਾਜ਼ ਸੁਣੋ ਤੇ ਉਹਨੇ ਪਰਚਾ ਦਰਜ ਕਰਤਾ ਤੇ ਪਰਚਾ ਦਰਜ ਕਰਕੇ ਹੁਣ ਸ਼ੇਰੋ ਵਾਲੀਆ ਕਲ ਕੈਪਟਨ ਤੇ ਜਾਖੜ ਐਵੇਂ ਨਹੀਂ ਆ ਰਹੇ ਕਿਥੇ ਐਵੇਂ ਪੁਲੇਖੇ ਚ ਪੈ ਜੋ ਕੋਈ ਥੋਡੇ ਨਾਲ ਖਾਸ ਪਿਆਰ ਪੈ ਗਿਆ ਤਾਂ ਆ ਰਹੇ ਆ ਸਾਲ ਤਾਂ ਆਏ ਨਹੀਂ ਦਰਸ਼ਨ ਤਾਂ ਉਹ ਦਿੰਦਾ ਨਹੀਂ ਛੇਤੀ ਕਿਥੇ ਕਿਸੇ ਨੂੰ ਉਹ ਤਾਂ ਆ ਰਹੇ ਕਿਉਂਕਿ ਸ਼ੇਰੋ ਵਾਲੀਏ ਦੀ ਪਹਿਲੀ ਸ਼ਰਤ ਇਹ ਆ ਕਿ ਮੈਂ ਤਾਂ ਨਹੀਂ ਟਿਕਟ ਦੇ ਮੈਂ ਤਾਂ ਕਾਗਜ਼ ਭਰਨ ਨਹੀਂ ਜਾਂਦਾ ਇਹ ਨਾ ਹੋਵੇ ਮੈਂ ਕਾਗਜ਼ ਭਰਨ ਜਾਵਾਂ ਉੱਥੋਂ ਪਰਮਿੰਦਰ ਸਿੰਘ ਬਾਜਵਾ ਐਵੇਂ ਗੁੱਟ ਨੂੰ ਹੱਥ ਪਾ ਲੈ ਕੇ ਚੱਲ ਪੁੱਤਰਾ ਅੰਦਰ ਤੂੰ ਤਾਂ ਕੰਮ ਹੀ ਪੁੱਠੇ ਕਰਦਾ ਰਿਹਾ ਮੁੱਖ ਮੰਤਰੀ ਨੂੰ ਤਾਂ ਕੱਲਾ ਆਪਦੀ ਜਾਨ ਬਚਾਉਣ ਨੂੰ ਲਿਆਉਣ ਦੇ ਆ ਕਿ ਮੁੱਖ ਮੰਤਰੀ ਦੀ ਕਾਫਲੇ ਦੇ ਵਿੱਚ ਹੀ ਸ਼ੇਰੋ ਵਾਲੀਏ ਨੂੰ ਵੀ ਕੱਢ ਕੇ ਫਟਾਫਟ ਕਾਗਜ਼ ਭਰਾ ਕੇ ਉਹ ਜਾਣਗੇ ਚਲੋ ਕਾਗਜ਼ ਤਾਂ ਭਰਾ ਲੈਣ ਮਗਰ ਅੱਜ ਮੈਂ ਇਲੈਕਸ਼ਨ ਕਮਿਸ਼ਨ ਨੂੰ ਪੁੱਛਣਾ ਚਾਹੁੰਨਾ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਹੋ ਸਕਦੀ ਆ ਗੁਰਦਾਸਪੁਰ ਚ ਸੇਖਵਾ ਸਾਹਿਬ ਪਤਾ ਨਹੀਂ ਇੱਥੇ ਬੈਠੇ ਕਿ ਨਹੀਂ ਬੈਠੇ ਉਹਨਾਂ ਦੇ ਮੁੰਡੇ ਤੇ ਤੇ ਇੱਕ ਹੋਰ ਸਾਡਾ ਲੀਡਰ ਹੈ 5 ਸਾਲ ਪੁਰਾਣਾ ਕੇਸ ਕਹਿੰਦੇ ਜੀ ਮਾਈਨਿੰਗ ਦਾ ਇਹਨਾਂ ਤੇ ਪਰਚਾ ਦਰਜ ਕਰਤਾ ਉਹਨਾਂ ਤੇ ਰੋਜ਼ ਰੇਡ ਪੈ ਰਹੀ ਹੈ ਤੇ ਦੱਸੋ ਇੱਥੇ ਫਿਰ ਦੋਰੇ ਮਾਪ ਡੰਡ ਲਈ ਇੱਕ ਸਰਕਾਰ ਵੀ ਕਾਂਗਰਸ ਦੀ ਪਰਚਾ ਦੇਣ ਵਾਲਾ ਥਾਣੇਦਾਰ ਵੀ ਤੁਸੀਂ ਚੁਣਿਆ ਤੇ ਜੇ ਚੁਣਿਆ ਤੇ ਐਸਐਸਪੀ ਸਾਹਿਬ ਕਦੇ ਉਹਦੇ ਤੇ ਦਬਾਅ ਬਣਾਉਂਦੇ ਆ ਕਿਨ ਜੀ ਦੀ ਮਾਨਸਿਕ ਹਾਲਾਤ ਖਰਾਬ ਹੋ ਗਈ ਮੈਂ ਹਾਰਾਨ ਹੋ ਗਿਆ ਕਿ ਇੱਕ ਮੁੱਖ ਮੰਤਰੀ ਕਦੇ ਚੀਮਾ ਸਾਹਿਬ ਦਲ ਕੀ ਗੱਲਾਂ ਹੋ ਰਹੀਆਂ ਉਹਦੇ ਤੇ ਆਂ ਦੇ ਰਿਹਾ ਤੇ ਉਹ ਜਿਹੜਾ ਥਾਣੇਦਾਰ ਕਹਿੰਦਾ ਮੈਨੂੰ 10 ਸਾਲ ਹੋ ਗਏ ਰਾਣੇ ਗੁਰਜੀਤ ਨਾਲ ਮੇਰਾ ਬੜਾ ਪਿਆਰ ਥੋੜਾ ਚਿਰ ਦਾ ਵਿਗੜਿਆ ਉਹ ਵੀ ਵਿਗੜਿਆ ਕਿਉਂ ਆ ਜਰਾ ਉਹਨੂੰ ਪੁੱਛ ਕੇ ਚ ਕਰੋ ਵੀ ਦੱਸ ਦੂਗਾ ਕਿਉਂ ਵਿਗੜਿਆ ਮੇਰੇ ਤੋਂ ਤਾਂ ਕਾਹਦੇ ਲਈ ਕੋ ਹੁੰਦੀ ਐ ਪ੍ਰੈਸ਼ ਮਗਰ ਮੈਂ ਜੇ ਇਲੈਕਸ਼ਨ ਕਮਿਸ਼ਨ ਨੂੰ ਪੁੱਛਦਾ ਕਿ ਜਿਹਦੇ ਤੇ ਨਾਨ ਅਵੇਲੇਬਲ ਪਰਚਾ ਦਰਜ ਹੋਵੇ ਜੇ ਕਿਸੇ ਹੋਰ ਸਧਾਰਨ ਵਿਅਕਤੀ ਤੇ ਜਾਂ ਕੋਈ ਸ਼ਰੋਮਣੀ ਅਕਾਲੀ ਦਲ ਜਾਂ ਬਰੋਦੀ ਪਾਰਟੀ ਦਾ ਕੋਈ ਲੀਡਰ ਹੁੰਦਾ ਤੇ ਨਾਨ ਅਵੇਲੇਬਲ ਪਰਚਾ ਦਰਜ ਹੁੰਦਾ ਪੁਲਿਸ ਨੇ ਹੁਣੇ ਫੜ ਕੇ ਅੰਦਰ ਦੇ ਦੇਣਾ ਸੀ ਕੀ ਕਾਂਗਰਸ ਪਾਰਟੀ ਨਾਲ ਉਹਦਾ ਸੰਬੰਧ ਹੈ ਤੇ ਕਾਂਗਰਸ ਪਾਰਟੀ ਦਾ ਉਹ ਕੈਂਡੀਡੇਟ ਤੇ ਉਹਦੇ ਲਈ ਕਾਨੂੰਨ ਵੱਖਰਾ ਹੋ ਗਿਆ ਆਮ ਸਧਾਰਨ ਪੰਜਾਬ ਦੇ ਲੋਕਾਂ ਲਈ ਕਾਨੂੰਨ ਵੱਖਰਾ ਹੋ ਗਿਆ ਅੱਜ ਇਲੈਕਸ਼ਨ ਕਮਿਸ਼ਨ ਨੂੰ ਮੈਂ ਅਪੀਲ ਕਰਦਾ ਚੀਮਾ ਸਾਹਿਬ ਤੁਹਾਡੀ ਇਹ ਬੇਨਤੀ ਵੀ ਕਰਦਾ ਸਮੁੱਚੀ ਸੀਨੀਅਰ ਲੀਡਰਸ਼ਿਪ ਨੂੰ ਕਿ ਇੱਕ ਆਪਾਂ ਨੂੰ ਮੈਮੋਰੰਡਮ ਦੇ ਕੇ ਆਉਣਾ ਚਾਹੀਦਾ ਕਿ ਜਿਹਦੇ ਖਿਲਾਫ ਵੀ ਨਾਨ ਬਿਲੈਬਲ ਪਰਚਾ ਜਾਂ ਛੇਰੋ ਵਾਲੀਏ ਦੇ ਖਿਲਾਫ ਕਾਂਗਰਸ ਸਰਕਾਰ ਦੇ ਵੇਲੇ ਦਰਜ ਹੋਇਆ ਕੋਈ ਇਹਦੇ ਚ ਸਿਆਸੀ ਲਾਕਡਾਟ ਨਹੀਂ ਤੇ ਫਿਰ ਉਹਦੇ ਤੇ ਬਣਦੀ ਕਾਰਵਾਈ ਜਿਵੇਂ ਕਿਸੇ ਸੁਧਾਰਨ ਇਨਸਾਨ ਤੇ ਬਣਦੀ ਆ ਉਹ ਹੋਣੀ ਚਾਹੀਦੀ ਤੇ ਫਿਰ ਭਰਾਵੋ ਜਕਾਰਾ ਤਾਂ ਤੁਸੀਂ ਫਿਰ ਆਪ ਹੀ ਛੱਡ ਲਿਓ ਬਾਕੀ ਦਾ